ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾ ਐਂਡ ਟੈਂਪਲਸ ਆਫ ਪਾਕਿਸਤਾਨ ਐਂਡ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ, ਸ਼ਹਿਰ ਸ਼ਬੀਰ ਫੋਟੋਗ੍ਰਾਫੀ ਐਂਡ ਮੇਰਾ ਸੋਹਣਾ ਪੰਜਾਬ। ਤਮਾਮ ਪੇਜਿਸ ਦੇ ਨਾਲ ਮੈਂ ਹਾਜ਼ਰ ਹਾਂ। ਮੈਂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਗੁਜਰਾਂਵਾਲਾ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ। ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਇਹ ਬਣਵਾਇਆ ਸੀ। ਇਹ ਦੇਖੋ ਤੁਸੀਂ, ਇੱਕ ਓਨਕਾਰ ਔਰ ਉਸ ਤੋਂ ਬਾਅਦ ਹਲੇ ਤੱਕ ਖੰਡਾ ਸਾਹਿਬ ਜਿਹੜੇ ਨੇ ਬਿਲਕੁਲ ਵਾਜ਼ਿਆ ਨੇ, ਔਰ ਟੈਕਸਟ ਵੀ ਲਿਖਿਆ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਬਾਬਾ ਸਾਹਿਬ ਸਿੰਘ ਬੇਦੀ ਜੀ। ਇਹ ਉੱਤੇ ਦੇਖੋ ਟੈਲ ਸੇਵਾ ਕਰਵਾਈ ਲੱਗੀ ਹੋਈ ਹੈ। ਇੱਥੇ ਹੁਣ ਅੱਜ ਕੱਲ੍ਹ ਕੁਛ ਰਿਫਿਊਜੀਸ ਨੇ ਜਿਹੜੇ ਕਿ ਇੰਡੀਆ ਤੋਂ ਮਾਈਗ੍ਰੇਟਿਡ ਨੇ ਪਾਰਟੀਸ਼ਨ ਵਿੱਚ 1947। ਰੇਲਵੇ ਸਟੇਸ਼ਨ ਦਾ ਨਾਮ ਲਿਆ ਅਤੇ ਰੇਲ ਜਿਹੜੀ ਹੈ ਉਹ ਆ ਗਈ, ਔਰ ਰੇਲ ਚੱਲਦੀ ਪਈ ਹੈ ਇਸ ਵੇਲੇ। ਇਸ ਦੀ ਜਿਹੜੀ ਸੇਵਾ ਕਰਵਾਈ ਹੈ 47 ਤੋਂ ਪਹਿਲੇ ਜਦੋਂ ਬਣਿਆ ਅਤੇ ਉਸ ਵੇਲੇ ਵੈਸੇ ਤਾਂ ਇਹਦੇ ਆਸਾਰ ਮਿਲਦੇ ਨੇ 1918 ਦੇ, ਲੇਕਿਨ ਸੁਣਿਆ ਕਿ 1819 ਦੇ ਵਿੱਚ ਵੀ ਇਹਦਾ ਪ੍ਰਕਾਸ਼ ਅਸਥਾਨ ਜਿਹੜਾ ਸੀ ਦਰਬਾਰ ਸਾਹਿਬ ਸੀ, ਇੱਥੇ ਮੌਜੂਦ ਸੀ। ਅਸਲਾਮ ਵਾਲੇਕੁਮ ਮਾਂ ਜੀ। ਮਾਂ ਜੀ ਤੁਹਾਨੂੰ ਕੋਈ, ਅਸਲਾਮ ਵਾਲੇਕੁਮ ਜੀ। ਮਾਂ ਜੀ ਤੁਹਾਡੇ ਜਿਹੜੇ ਵੱਡੇ ਨੇ ਉਹ ਕਿਹੜੇ ਜ਼ਿਲ੍ਹੇ ਤੋਂ ਆਏ ਸਨ ਇੰਡੀਆ ਤੋਂ? ਅੱਛਾ, ਕਹਿ ਰਹੇ ਨੇ ਕਿ ਕੋਈ ਤਲਵੰਡੀ ਤੋਂ, ਕੋਈ ਲੁਧਿਆਣੇ ਤੋਂ, ਔਰ ਕੋਈ ਜਿਹੜਾ ਸੈਂਟਰਲ ਪੰਜਾਬ ਦੇ ਵਿੱਚੋਂ ਆਏ ਨੇ। ਆਖਿਰਕਾਰ ਇਹਨਾਂ ਰਿਫਿਊਜੀਜ਼ ਨੂੰ ਜਦੋਂ ਪਾਕਿਸਤਾਨ ਆਏ ਸਨ ਅਤੇ ਉਸ ਵੇਲੇ ਜਿਹੜੇ ਨੇ ਕੋਈ ਘਰ ਬਾਰ ਨਹੀਂ ਮਿਲੇ, ਅਤੇ ਉਹਨਾਂ ਨੂੰ ਇਸ ਵੇਲੇ ਹਿਸਟੋਰੀਕਲ ਪਲੇਸਿਸ ਦੇ ਅੰਦਰ ਉਹ ਧਾਰਮਿਕ ਜਗ੍ਹਾ ਦੇ ਅੰਦਰ ਜਿਹੜਾ ਲਿਆ ਕੇ ਠਹਿਰਾਇਆ ਗਿਆ ਸੀ, ਔਰ ਉਸ ਤੋਂ ਬਾਅਦ ਹੁਣ ਤੱਕ ਇਹ ਫੈਮਲੀਆਂ ਇੱਥੇ ਹੀ ਪਨਪ ਰਹੀਆਂ ਨੇ, ਔਰ ਇੱਥੇ ਹੀ ਇਹਨਾਂ ਦੀਆਂ ਤੀਸੀਆਂ ਨਸਲਾਂ ਜਿਹੜੀਆਂ ਨੇ ਉਹ ਜਵਾਨ ਹੋ ਰਹੀਆਂ ਨੇ। ਹਾਲਤ ਇਸ ਵੇਲੇ ਜਿਹੜੀ ਅਸਥਾਨ ਦੀ ਹੈ ਉਹ ਤੁਹਾਡੇ ਸਾਹਮਣੇ ਹੈ, ਬਿਲਕੁਲ ਜਿਹੜਾ ਅਲੋਪ ਹੋਣ ਵਾਲਾ ਹੈ। ਉਸ ਤੋਂ ਬਾਅਦ ਕਿਹਾ ਜਾਏਗਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰੀਕਿਊ ਟਰੱਸਟ ਜਾਂ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਇਹਦਾ ਖਿਆਲ ਨਹੀਂ ਕਰਦੇ ਨੇ, ਲੇਕਿਨ ਇੱਕ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ। 1918 ਦੇ ਵਿੱਚ ਇਹ ਜਿਹੜਾ ਦੁਬਾਰਾ ਆਰਕੀਟੈਕਚਰ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ, ਇਹ 1918 ਦੇ ਵਿੱਚ ਬਣਿਆ ਸੀ। ਵੈਸੇ ਤਾਂ 1819 ਦੀ ਇਹਦੀ ਤਾਰੀਖ ਮੌਜੂਦ ਹੈ ਕਿ ਵੀ ਗੁਰਦੁਆਰਾ ਦਮਦਮਾ ਸਾਹਿਬ ਜਿਹੜਾ ਬਾਬਾ ਸਾਹਿਬ ਸਿੰਘ ਬੇਦੀ ਨੇ ਇਹ ਬਣਵਾਇਆ ਸੀ। ਉਸ ਤੋਂ ਬਾਅਦ ਇਹਦੀ ਟਹਿਲ ਸੇਵਾ ਕਰਵਾਈ, ਹਲੇ ਤੱਕ ਕਿਸੇ ਨੇ ਕੋਈ ਨਹੀਂ ਉਖਾੜੀ ਹੈ। ਇਹ ਦੇਖੋ ਓਰਿਜਿਨਲ ਇਹਦੇ ਜਿਹੜੇ ਫਰਸ਼ ਨੇ ਉਹ ਹਲੇ ਤੱਕ ਬਾਕੀ ਨੇ। ਆਖਿਰ ਚੀਜ਼ਾਂ ਕਿੰਨੀ ਦੇਰ ਤੱਕ ਚੱਲਦੀਆਂ ਨੇ ਜਾਂ ਚੀਜ਼ਾਂ ਕਿੰਨੀ ਦੇਰ ਤੱਕ ਸਾਂਭੀਆਂ ਜਾ ਸਕਦੀਆਂ ਨੇ, ਵਕਤ ਦੇ ਨਾਲ ਨਾਲ ਹਰ ਚੀਜ਼ ਜਿਹੜੀ ਹੈ ਉਹ ਅਲੋਪ ਹੋ ਜਾਂਦੀ ਹੈ। ਇਹ ਤੁਸੀਂ ਦੇਖੋ ਇਹ ਡੋਨੇਸ਼ਨਸ ਜਿਹੜੀਆਂ ਨੇ ਟਹਿਲ ਸੇਵਾ ਕਰਵਾਈ ਹੈ, ਜਿਹਨੇ ਜਿੰਨੀ ਸੇਵਾ ਕੀਤੀ ਹੈ ਉਹਨਾਂ ਦੇ ਨਾਮ ਲਿਖੇ ਹੋਏ ਨੇ, ਔਰ ਉਹ ਵੀ ਅੱਜ ਤੱਕ ਜਿਹੜੇ ਨੇ ਉਹ ਬਾਕੀ ਨੇ। ਮਤਲਬ ਕਿ ਇੱਥੇ ਦੇ ਰਹਾਇਸ਼ੀ ਜਿਹੜੇ ਨੇ ਉਹ ਇਸ ਜਗ੍ਹਾ ਨੂੰ ਡਿਸਟਰੋਏ ਨਹੀਂ ਕਰਦੇ, ਬਲਕਿ ਜਿਸ ਹਾਲਤ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਮੌਜੂਦ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ। ਇਹ ਟੈਲ ਸੇਵਾ ਕਰਵਾਈ ਸ਼ਾਇਦ ਕੁਛ ਜ਼ਿਆਦਾ ਬਿਹਤਰ ਹੈ, ਇੱਕ ਓਨਕਾਰ ਤੋਂ ਬਾਅਦ ਜਿਹੜਾ ਇਹ 2000 ਦੀ ਸੇਵਾ ਕਰਵਾਈ ਹੈ, ਫਿਰ ਉਸ ਤੋਂ ਬਾਅਦ ਹੈ ਥੱਲੇ ਪੂਰੀ ਡਿਟੇਲਸ ਆਉਂਦੀ ਜਾਂਦੀ ਹੈ ਨਾਲ ਨਾਲ ਕਿ ਵੀ ਕਿੰਨੀ ਸੇਵਾ ਕਰਵਾਈ ਹੈ। ਔਰ ਇਹ ਅਸਥਾਨ ਸਭ ਤੋਂ ਪਵਿੱਤਰ ਅਸਥਾਨ ਜਿਹੜਾ ਉਹ ਮੰਨਿਆ ਜਾਂਦਾ ਸੀ ਗੁਜਰਾਂਵਾਲਾ ਦਾ, ਇਸ ਵਾਸਤੇ ਇੱਥੇ ਲੋਕਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਸੀ। ਪ੍ਰੀਪਾਰਟੀਸ਼ਨ ਜਿਹੜਾ ਇਸ ਅਸਥਾਨ ਨੂੰ ਬਹੁਤ ਜ਼ਿਆਦਾ ਅਹਿਮੀਅਤ ਹਾਸਿਲ ਸੀ, ਕਿਉਂਕਿ ਦਮਦਮਾ ਸਾਹਿਬ ਹੋਣ ਦੀ ਵਜ੍ਹਾ ਨਾਲ ਇੱਕ ਚਰਨ ਛੂਏ ਨੇ ਗੁਰੂ ਸਾਹਿਬ ਦੇ। ਉਹ ਜਗ੍ਹਾ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਵਾਂ ਕਿ ਜਿੱਥੇ ਗੁਰੂ ਸਾਹਿਬ ਦੇ ਚਰਨ ਛੂਏ, ਔਰ ਉਸ ਤੋਂ ਬਾਅਦ ਜਿਹੜਾ ਉਸ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਬਣਿਆ ਹੋਇਆ ਹਲੇ ਵੀ। ਤਾਂ ਫਿਰ ਇਹ ਕਹਿਣਾ ਬਿਲਕੁਲ ਬੇਮਕਸਦ ਹੈ ਕਿ ਲੋਕ ਇਹਨਾਂ ਚੀਜ਼ਾਂ ਨੂੰ ਡਿਸਟਰੋਏ ਕਰਦੇ ਨੇ ਜਾਂ ਖਰਾਬ ਕਰਦੇ ਨੇ। ਤੁਸੀਂ ਦੇਖੋ, ਅਗਰ ਕਿਸੇ ਨੇ ਖਰਾਬ ਕਰਨੀ ਹੋਏ ਤਾਂ ਫਿਰ ਸਭ ਤੋਂ ਪਹਿਲੇ ਟਹਿਲ ਸੇਵਾ ਨੂੰ ਪਟਾਇਆ ਜਾਏ, ਉਸ ਤੋਂ ਬਾਅਦ ਉੱਤੋਂ ਪੂਰੇ ਅੰਗ ਮਿਟਾਏ ਜਾਣ ਜਿਹੜੇ ਲਿਖੇ ਗਏ ਨੇ। ਲੇਕਿਨ ਇੱਥੇ ਕੋਈ ਚੀਜ਼ ਵੀ ਐਸੀ ਨਹੀਂ ਹੈ ਜਿਹਨੂੰ ਕਿ ਖੁਦ ਤੋਂ ਮਿਟਾਇਆ ਗਿਆ ਹੋਵੇ। ਸਮੇਂ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਖਰਾਬ ਹੁੰਦੀਆਂ ਨੇ, ਐਟਲੀਸਟ ਖਤਮ ਹੋ ਜਾਂਦੀਆਂ ਨੇ।
मे बी सैकेंड वीडियो यदि ना बन सके क्योंकि जो हालत नज़र आ रही है यह तुम देखो शायद मेरी गल तो यकीन ना आए किसी को। यह देखो तुम स्टील फिक्सिंग जी है वह छत हूँ आहिस्ता आहिस्ता गिर गिर के जी है बिल्कुल वो खाली हो रही है तो अनकरीब लाजमी गल है डिमोलिश हो जाएगा और इतने जो फैमिलिया रह रही ने उन्होंने भी नुकसान हो सकता। मैं वीर अमरदीप जी जड़े ने सिंगापुर तो आए सन टूरिस्ट मैं उन्होंने लैके एक बार इतने आया सी लेकिन उस वेले मेरे कोई इंस्ट्रूमेंट्स ज़्यादा सिर्फ दरबार साहब जड़ा ना सिर्फ इन्ना मेहरबानी ठीक सिर्फ दरबार साहब है सामने यह तुसी देखो वाइट और ब्लैक मार्बल जड़ा यह तुसी देखो यह प्रकाश स्थान जिदे मुतलक मैनू अक्सर लोग मेरे ना गिला करते हैं कि भी तुसी गलत कह रहे हो छोटा गुरुद्वारा साहिब यह जड़ा 1819 दे विच जड़ा दरबार साहिब बनया होया है यह उहदे निशानात ने हुण भी अपनी ओरिजिनल हालत दे विच खलोता होया है। यह हूँ दस रहे हैं कि जोड़ा अर्थक्विक आया सी पहला और दूसरे अर्थक्विक की वजह के नाल दरड़ा आ चुकिया ने और तुसी ये देखो कि यह बाबा मरदाना और बाबा गुरु नानक साहेब जड़े ने उन्हां दी देखो चित्रकारी हले तक जी है ओरिजिनल हालत मौजूद है। नानक शाही ईट ना बनया हुआ खूबसूरत शाहकार है हो सके तो मेरी पंथ तो जी है वो गुजारिश है कि इनू सेव करन दी कोशिश की जाए कम अज़ कम ये दरबार साहेब जड़ा प्रकाश स्थान है कम अज़ कम यदी जी सेवा है वो की जाए और इनू बचा लिया जाए। यह देखो बकायदा तौर के उत्ते जगह जिथे कि प्रकाश अस्थान की जगह सी वो देखो तुसी हले भी मौजूद है। मैं हाँ थोड़ा अपना हूँ उस बाबा जी फिर देखते रहो सेव हिस्टोरिकल प्लेसिस ऑफ पाकिस्तान सेव गुरुद्वारा एंड टेंपल्स ऑफ पाकिस्तान खालसा राज फुटस्टेप्स इन पाकिस्तान।